ਬਹੁਤ ਖੁਸ਼ੀ ਹੋਈ ਜਿਹੜੀ ਸੁਣਾਈ ਉਹਨੂੰ ਸਾਡੇ ਬੇਟਿਆਂ ਦਾ ਪੜਦਾ ਰਿਹਾ ਅਸੀਂ ਪੜੋਸੀ ਹਾਂ ਉਹਦੇ ਸਾਡੇ ਬੇਟੇ ਬਾਹਰ ਰਹਿਣ ਵਾਲੀ ਬਾਹਰ ਗਏ ਉਹਨਾਂ ਨਾਲ ਪੜਦਾ ਰਿਹਾ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਚੀਜ਼ ਹੋਈ ਹੈ ਹੱਕ ਰਸੀ ਹੋਈ ਆ ਬਹੁਤ ਸੋਹਣਾ ਹੋਇਆ ਉਸਦੀ ਘਾਟ ਕਦੇ ਵੀ ਪਰਿਵਾਰ ਨੂੰ ਪੂਰੀ ਹੋ ਪਰ ਇੰਨੀ ਕੁ ਮਨ ਨੂੰ ਸੰਤੁਸ਼ਟੀ ਆ ਵੀ ਕਾਂ ਕੋਈ ਜੁਰਮ ਕਰ ਲੱਗਾ ਸੋਚੀ ਬਾਣ ਇਨਸਾਨ ਦੀ ਜਾਨ ਲੈ ਪਰਿਵਾਰ ਬਹੁਤ ਵਧੀਆ ਮਹਿਸੂਸ ਕਰ ਰਿਹਾ ਪਰ ਉਸਦੀ ਘਾਟ ਜਿਹੜੀ ਆ ਉਹ ਕਦੇ ਪੂਰੀ ਨਹੀਂ ਹੋ ਸਕਦੀ ਯੂਐਸਏ ਗਵਰਨਮੈਂਟ ਦਾ ਅਸੀਂ ਤਹਿ ਦੋਸਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ ਮੁਲਜ਼ਮ ਨੂੰ ਬਾਪੂ ਜੀ ਕੀ ਨਾਮ ਤੁਹਾਡਾ ਰੇਸ਼ਮ ਸਿੰਘ ਧਾਰੀਵਾਲ ਬੇਟ ਪੈਂਦਾ ਧਾਰੀਵਾਲ ਬੇਟ ਦੇ ਸੰਦੀਪ ਸਿੰਘ ਸੀ ਜਿਹੜੇ ਮਿਰਕਾ ਦੇ ਵਿੱਚ ਪੁਲਿਸ ਅਧਿਕਾਰੀ ਸੀਗੇ ਉਹਨਾਂ ਦਾ ਕੁਛ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੇ ਕਾਤਲ ਨੂੰ ਸਜ਼ਾ ਸੁਣਾਈ ਗਈ ਆ ਕਿਵੇਂ ਪਿੰਡ ਮਹਿਸੂਸ ਕਰਿਆ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਜਿਹੜੀ ਸੁਣਾਈ ਉਹਨੂੰ ਸਾਡੇ ਬੇਟਿਆਂ ਦਾ ਪੜਦਾ ਰਿਹਾ ਅਸੀਂ ਪੜੋਸੀ ਹਾਂ ਉਹਦੇ ਜੀ ਸਾਡੇ ਬੇਟੇ ਬਾਹਰ ਰਹਿਣ ਵਾਲੀ ਬਾਹਰ ਗਏ ਉਹ ਉਹਨਾਂ ਨਾਲ ਪੜਦਾ ਰਿਹਾ ਅਤੇ ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ 'ਚ ਕੌਣ ਕੌਣ ਹੈ ਪਰਿਵਾਰ 'ਚ ਤਾਂ ਇੱਕ ਭਤੀਜਾ ਵਾ ਇਕੱਲਾ ਭਤੀਜਾ ਹੀ ਰਹਿ ਗਿਆ ਇੱਥੇ ਔਰ ਤਾਇਆ ਵੀ ਗੁਜ਼ਰ ਗਿਆ ਤਾਈ ਵੀ ਉਹ ਇਕੱਲਾ ਹੀ ਆ ਸੰਦੀਪ ਸਿੰਘ ਦੇ ਜਿਹੜੇ ਮਾਤਾ ਪਿਤਾ ਉਹ ਉੱਥੇ ਵਿਦੇਸ਼ ਰਹਿੰਦੇ ਵਿਦੇਸ਼ ਰਹਿੰਦਾ ਬਾਪ ਹੈਗਾ ਮਾਤਾ ਗੁਜ਼ਰ ਗਈ ਅਤੇ ਉਹ ਪਿੰਡ 'ਚ ਆਉਂਦੇ ਜਾਂਦੇ ਰਹਿੰਦੇ ਆ ਆਉਂਦੇ ਜਾਂਦੇ ਰਹਿੰਦੇ ਅਖੰਡ ਪਾਠ ਕਰਾਇਆ ਭੈਣਾਂ ਵਾ ਉਹਦੀਆਂ ਬਾਪ ਆ ਵਧੀਆ ਵਾ ਫੈਮਲੀ ਬਹੁਤ ਵਧੀਆ ਅਕਸਰ ਜਦੋਂ ਤੁਸੀਂ ਇੱਦਾਂ ਸਾਥ ਵਿੱਚ ਬੈਠਦੇ ਆ ਤਾਂ ਉਹਦੀਆਂ ਗੱਲਾਂ ਬਾਤਾਂ ਕਰ ਚੱਲਦੀਆਂ ਰਹਿੰਦੀਆਂ ਹੋਣੀਆਂ ਚੱਲਦੀਆਂ ਰਹਿੰਦੀਆਂ ਚੰਗੇ ਪਾਸਿਆਂ ਦੀ ਚੱਲਦੀਆਂ ਮਾੜੇ ਨੂੰ ਗਾਲਾਂ ਪੈਂਦੀਆਂ ਚੱਲਦੀਆਂ ਹੀ ਆ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਕਿ ਉਹਦੀ ਯਾਦ ਵਿੱਚ ਕੋਈ ਇੱਦਾਂ ਦਾ ਕੀਤਾ ਜਾਵੇ ਕੋਈ ਉਪਰਾਲਾ ਸਮਾਨ ਤਾਂ ਬਥੇਰੇ ਚਾਹੀਦੇ ਸਰਕਾਰ ਨੇ ਕਰਨਾ ਕੁਛ ਫਾਇਦਾ ਨਹੀਂ ਕਹਿਣ ਦਾ ਕੋਈ ਸਰਕਾਰ ਨੇ ਨਹੀਂ ਕਰਨਾ ਸਾਡੇ ਇਹ ਗੱਲ ਹੀ ਕਰ ਸਕਦੇ ਹੈਗੇ ਹੋਰ ਕਿਸੇ ਨੂੰ ਨਹੀਂ ਕਰਨਾ ਜੋ ਮਰਜ਼ੀ ਲੁੱਟ ਮਾਰ ਚੱਲੀ ਹੋਈ ਆ ਕੁਲਵਿੰਦਰ ਕੌਰ ਸੰਦੀਪ ਸਿੰਘ ਨਾਲ ਤੁਹਾਡਾ ਕੀ ਰਿਸ਼ਤਾ ਸੀਗਾ ਸਾਡੇ ਚਾਚਾ ਜੀ ਦੇ ਬੇਟਾ ਜੀ ਸੰਦੀਪ ਸਿੰਘ ਵਿਦੇਸ਼ ਕਦੋਂ ਜਾਂਦੇ ਆ 1995 ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀਆਂ ਦੋ ਸਿਸਟਰ ਆ ਇੱਕ ਉਹਦੇ ਫਾਦਰ ਆ ਉਹਦੀ ਵਾਈਫ ਤੇ ਬੱਚੇ ਆ ਦੋ ਬੇਟੀਆਂ ਇੱਕ ਬੇਟਾ ਪੰਜਾਬ ਕਦੋਂ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਉਹਦੇ ਫੁੱਲ ਲੈ ਕੇ ਆਏ ਉਸ ਤੋਂ ਬਾਅਦ ਹੁਣ ਸੰਦੀਪ ਸਿੰਘ ਦੇ ਕਾਤਲ ਨੂੰ ਸਜ਼ਾ ਸੁਣਾਈ ਗਈ ਆ ਕਿਵੇਂ ਤੁਸੀਂ ਮਹਿਸੂਸ ਕਰਦੇ ਉਸਦੀ ਘਾਟ ਕਦੇ ਵੀ ਪਰਿਵਾਰ ਨੂੰ ਪੂਰੀ ਹੋਊਗੀ ਪਰ ਇੰਨੀ ਕੁ ਮਨ ਨੂੰ ਸੰਤੁਸ਼ਟੀ ਆ ਵੀ ਕਾਂ ਕੋਈ ਜੁਰਮ ਕਰ ਲੱਗਾ ਸੋਚੀ ਬਾਣ ਇਨਸਾਨ ਦੀ ਜਾਨ ਲੈ ਜੇਕਰ ਗੱਲ ਕੀਤੀ ਜਾਵੇ ਸੰਦੀਪ ਸਿੰਘ ਦੇ ਸੁਭਾਅ ਦੀ ਤਾਂ ਉਹਦਾ ਸੁਭਾਅ ਕਿਵੇਂ ਬਹੁਤ ਮਿਲਣਸਾਰ ਬੇਟਾ ਸੀ ਬਹੁਤ ਵਧੀਆ ਸੁਭਾਅ ਸੀ ਸੰਦੀਪ ਸਿੰਘ ਦੀ ਯਾਦ ਵਿੱਚ ਪਿੰਡਾਂ ਨੂੰ ਕੀ ਉਪਰਾਲੇ ਕੀਤੇ ਜਾਂਦੇ ਆ ਪਿੰਡ ਵਿੱਚ ਕਾਫੀ ਉਪਰਾਲੇ ਕੀਤੇ ਜਾਂਦੇ ਆ ਜਿੱਦਾਂ ਪਹਿਲਾਂ ਕਬੱਡੀ ਟੂਰਨਾਮੈਂਟ ਹੋਇਆ ਸੀ ਹੁਣ ਸਿੰਘ ਪਵਾਈ ਜਾ ਰਹੀ 30 ਅਕਤੂਬਰ ਮਤਲਬ ਸਮੇਂ ਸਮੇਂ ਤੇ ਉਹਨੂੰ ਯਾਦ ਕੀਤਾ ਜਾਂਦਾ ਹਾਂਜੀ ਖੁਸ਼ ਹੋ ਤੁਸੀਂ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਮਹਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਧਾਰੀਵਾਲ ਬੇਟ ਅੱਜ ਸੰਦੀਪ ਸਿੰਘ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਗਈ ਕੀ ਮਹਿਸੂਸ ਕਰਦੇ ਹਾਂ ਅਸੀਂ ਤਾਂ ਕਹਿੰਦੇ ਹਾਂ ਬਹੁਤ ਵਧੀਆ ਚੀਜ਼ ਹੋਈ ਹੈ ਹੱਕ ਰਸੀ ਹੋਈ ਆ ਬਹੁਤ ਸੋਹਣਾ ਹੋਇਆ ਜਦੋਂ ਸੰਦੀਪ ਸਿੰਘ ਪੁਲਿਸ ਵਿੱਚ ਭਰਤੀ ਹੁੰਦੇ ਉਹ ਤੋਂ ਬਾਅਦ ਇੱਥੇ ਪਿੰਡ 'ਚ ਆਏ ਗਏ ਬਹੁਤ ਵਾਰੀ ਅੱਜ ਤਾਂ ਮਾਂ ਉਹਦੀ ਮਾਤਾ ਮਰ ਗਈ ਸੀ ਜੀ ਉਦੋਂ ਵੀ ਹੋਇਆ ਉਦੋਂ ਵੀ ਸਾਨੂੰ ਮਿਲ ਕੇ ਸਾਡਾ ਬਿਲਕੁਲ ਗੁਆਂਢ ਸੀਗਾ ਨਾਲ ਸੀਗਾ ਘਰ ਸੁਭਾਅ ਕਿੱਦਾਂ ਦਾ ਸੀ ਸੁਭਾਅ ਤਾਂ ਉਹਦਾ ਬਹੁਤ ਵਧੀਆ ਮੁੰਡਾ ਹੈ ਸੁਭਾਅ 'ਚ ਵੀ ਗੱਲ ਕੋਈ ਕਹਿਣ ਵਾਲੀ ਨਹੀਂ ਉਹਨਾਂ ਨੇ ਤੁਹਾਨੂੰ ਪਤਾ ਇੱਕ ਪੱਗ ਦਾ ਮੁੱਦਾ ਵੀ ਉਹਨਾਂ ਨੇ ਉਠਾਇਆ ਸੀਗਾ ਉਹ ਚਲੋ ਬਾਹਰ ਸੀਗਾ ਉਹ ਅਸੀਂ ਸੁਣਦੇ ਰਹੇ ਹਾਂ ਜਦੋਂ ਆਇਆ ਵੀ ਉਹ ਸਾਨੂੰ ਦੱਸਦਾ ਰਿਹਾ ਸਾਰੀ ਗੱਲ ਜੀ ਅਤੇ ਬਹੁਤ ਸੋਹਣੇ ਵਿਚਾਰ ਉਹਦੇ ਸੀਗੇ ਅਕਸਰ ਤੁਹਾਨੂੰ ਮਿਲਦਾ ਗਿਲਦਾ ਰਹੀ ਸਾਡਾ ਤਾਂ ਬਿਲਕੁਲ ਸਾਂਝੀ ਕੰਧ ਹੀ ਸਾਂਝੀ ਆ ਦੋ ਸਿੱਖਾਂ ਜੀ ਅਤੇ ਬਹੁਤ ਵਧੀਆ ਸੁਭਾਅ ਸੀਗਾ
ਉਹਨਾਂ ਦੇ ਫਿਰ ਸ਼ਹੀਦ ਹੋਣ ਤੋਂ ਬਾਅਦ ਪਿੰਡ 'ਚ ਵੱਲੋਂ ਕੀ ਉਪਰਾਲੇ ਕੀਤੇ ਗਏ? ਉਪਰਾਲੇ ਦੇਖੋ ਜੀ, ਇੱਕ ਤਾਂ ਉਹ ਯਾਦਗਾਰ ਬਣਾਈ ਸੀਗੀ ਜੀ, ਉਹ ਵਿੱਚੋਂ ਕੁਛ ਡੱਕਣ ਵਾਲੇ ਵੀ ਬੰਦੇ ਹੈਗੇ ਸੀ, ਕੁਛ ਬਣਾਉਣ ਵਾਲੇ ਵੀ ਹੈਗੇ ਸੀ, ਅਤੇ ਅਸੀਂ ਤਾਂ ਭਾਵੇਂ ਗੁਆਂਢੀ ਸੀਗਾ, ਅਸੀਂ ਕਿਸੇ ਕੰਮ ਦੇ ਵਿੱਚ ਵੀ ਨਹੀਂ, ਅਸੀਂ ਤਾਂ ਹੱਕ 'ਚ ਹੀ ਰਹੇ ਉਹਨਾਂ ਦੇ, ਉਦੋਂ ਵੀ ਕਰਦੇ ਰਹੇ ਹਾਂ, ਜਿੰਨੀ ਕੁ ਉਹਨਾਂ ਦੀ ਹੈਲਪ ਹੋ ਸਕਦੀ ਉੱਨੀ ਕਰਦੇ ਰਹੇ। ਫਿਰ ਇੱਥੇ ਅਖੰਡ ਪਾਠ ਵੀ ਉਹਨਾਂ ਕਰਾਇਆ, ਬਹੁਤ ਸੋਹਣਾ ਪ੍ਰੋਗਰਾਮ ਕਰਾਇਆ ਸੀਗਾ। ਕਾਫੀ ਜਿਹੜੇ ਪਿੰਡ ਦੇ ਨੌਜਵਾਨ ਐਨ ਆਰ ਆਈ ਆ, ਉਹਨਾਂ ਵੱਲੋਂ ਕਾਫੀ ਸਹਿਯੋਗ ਕੀਤਾ ਗਿਆ, ਕਾਫੀ ਕਾਫੀ। ਅਤੇ ਸਰਕਾਰ ਵੱਲੋਂ ਕੀ ਯੋਗਦਾਨ ਰਿਹਾ ਸੀਗਾ? ਸਰਕਾਰ ਵੱਲੋਂ ਤਾਂ ਕੁਛ ਨਹੀਂ ਹੋਇਆ, ਇਹ ਬੀਬੀ ਨੇ 10 ਲੱਖ ਰੁਪਇਆ ਦਿੱਤਾ, ਬੀਬੀ ਜਗੀਰ ਕੌਰ ਨੇ। ਬੀਬੀ ਜਗੀਰ ਕੌਰ ਨੇ, ਸ਼੍ਰੋਮਣੀ ਕਮੇਟੀ ਪ੍ਰਧਾਨ ਸੀਗੀ, ਉਹ 10 ਲੱਖ ਰੁਪਇਆ ਲਾਇਆ ਉਹਦੇ ਨਾਂ 'ਤੇ, ਉਹ ਅਸੀਂ ਇੱਥੇ ਪੱਥਰ ਵੀ ਲੱਗਾ ਹੋਇਆ ਉਹਨਾਂ ਨਾਲ। ਕੀ ਮਹਿਸੂਸ ਕਰਦੇ ਕਿ ਉਹਦੀ ਯਾਦ ਦੇ ਵਿੱਚ ਕੀ ਪਿੰਡ 'ਚ ਹੋਣਾ ਚਾਹੀਦਾ? ਉਹਨਾਂ ਦਾ ਬੜਾ ਕੁਛ ਚਾਹੀਦਾ, ਜਿੰਨੀ ਉਹਦੀ ਕੁਰਬਾਨੀ ਉਹਨਾਂ ਦਾ ਬਹੁਤ ਹੀ ਕੁਛ ਚਾਹੀਦਾ, ਪਰ ਉਹ ਕੁਛ ਲੋਕ ਪਾਰਟੀਆਂ ਮੁਝ ਹੋਰ ਨਹੀਂ ਦਿੰਦੇ, ਤੁਹਾਨੂੰ ਸਹੀ ਗੱਲ ਦੱਸੀ, ਉਹਨਾਂ ਦਾ ਬਹੁਤ ਕੁਛ ਚਾਹੀਦਾ, ਜਿਹੜੇ ਬੰਦੇ ਨੇ ਹੁਣ ਇੰਨਾ ਕੁਛ ਕੀਤਾ ਹੋਵੇ ਅਤੇ ਹੋਣਾ ਚਾਹੀਦਾ। ਮੇਰਾ ਨਾਂ ਕਲਵੰਤ ਸਿੰਘ ਆ, ਮੈਂ ਤਾਂ ਇਸ ਸੋਸਾਇਟੀ ਦਾ ਵੀ ਪ੍ਰਧਾਨ ਹਾਂ, ਅਤੇ ਰੈਸੀਡੈਂਟ ਵੀ ਮੈਂ, ਮਤਲਬ ਕਿ ਮਨੀ ਪਿੰਡ 'ਚ ਕੰਮ ਕਰਦਾ ਹੈਗਾ, ਅਤੇ ਧਾਲੀਵਾਲ ਬੇਟ ਤੇਰਾ ਪਿੰਡ ਦਾ ਸੰਦੀਪ ਸਿੰਘ ਮੇਰਾ ਭਾਣ ਜਿਹਾ ਲੱਗਦਾ ਸੀਗਾ ਰਿਸ਼ਤੇਦਾਰੀ ਦੇ ਵਿੱਚੋਂ, ਅਤੇ ਅੱਜ ਜੋ ਮੈਂ ਸਵੇਰੇ ਨੈੱਟ ਦੇ ਉੱਤੇ ਪੜ੍ਹਿਆ ਕਿ ਉਹਦਾ ਜੋ ਕਾਤਲ, ਉਹਨੂੰ ਮੌਤ ਦੀ ਸਜ਼ਾ ਹੋ ਚੁੱਕੀ ਆ। ਮਹਿਸੂਸ ਕਰਦੇ ਔਰ ਪਿੰਡ ਵਾਲੇ ਕਿਸ ਨਜ਼ਰ ਨਾਲ ਦੇਖ ਰਹੇ? ਬਹੁਤ ਜ਼ਿਆਦਾ ਖੁਸ਼ੀ ਮਨਾ ਰਿਹਾ, ਜਦੋਂ ਇਹਨੂੰ ਕਿਸੇ ਨੇ ਦੱਸੀਦਾ ਉਹ ਕਹਿੰਦਾ ਬਹੁਤ ਵਧੀਆ ਹੋਇਆ, ਹੋਣਾ ਚਾਹੀਦਾ ਸੀਗਾ ਇਹੋ ਹੀ, ਅਤੇ ਇਹ ਮਤਲਬ ਬਹੁਤ ਪਹਿਲਾਂ ਹੋਣਾ ਚਾਹੀਦਾ ਸੀਗਾ, ਅਤੇ ਪਹਿਲਾਂ ਤਾਂ ਕੋਈ ਮਹਿਸੂਸ ਕਰਦੇ ਵੀ ਸ਼ਾਇਦ ਉਹਨਾਂ ਨੂੰ ਉਸੇ ਵੇਲੇ ਗੋਲੀ ਮਾਰ ਦਿੱਤੀ ਗਈ ਆ, ਪਰ ਬਾਅਦ ਦੇ ਵਿੱਚ ਜਦੋਂ ਕਿ ਅਖਬਾਰ ਦੇ ਵਿੱਚ ਆਇਆ ਤਾਂ ਉਹ ਫਿਰ ਮਤਲਬ ਕਿ ਸਾਨੂੰ ਇਸ ਗੱਲ ਦੀ ਆਸ਼ਵਾਸਨ ਹੋ ਗਿਆ ਵੀ ਮੌਤ ਦੀ ਸਜ਼ਾ ਹੋ ਚੁੱਕੀ ਆ। ਸੰਦੀਪ ਸਿੰਘ ਦੀ ਯਾਦ ਵਿੱਚ ਤੁਸੀਂ ਕੀ ਉਪਰਾਲੇ ਕੀਤੇ? ਉਹਦੇ ਬਾਅਦ ਇੱਕ ਵਾਰ ਜਾਤਰ ਬਣੀ ਇੱਥੇ ਪਾਰਕ ਦੇ ਵਿੱਚ, ਅਤੇ ਇੱਕ ਅਸੀਂ ਮਤਲਬ ਕਿ ਆਪਣੇ ਗੁਰਦੁਆਰੇ ਲੰਗਰਹਾਲ ਬਣਾਇਆ ਵਾ, ਉਹਦੇ ਵਿੱਚ ਉਹਦਾ ਪੱਥਰ ਲਾਇਆ, ਅਤੇ ਬਾਕੀ ਇੱਕ ਗੇਟ ਬਣਨਾ ਦਿੱਤਾ ਸੀਗਾ, ਉਹ ਅਜੇ ਤੱਕ ਬਣ ਕੇ ਨਹੀਂ ਆਇਆ ਹੋਇਆ।